ਬਲਦੇਵ ਸਿੰਘ ਦਾ ਨਾਵਲ ਬਲਦੇ ਦਰਿਆ ਦਾ 47ਵੇਂ ਅੰਗ ਦਾ ਬਾਕੀ ਦਾ ਹਿੱਸਾ ਕ੍ਰਾਂਤੀਪਾਲ ਅੱਜ ਦਾ ਅਖਬਾਰ ਪੜ੍ਹਿਆ ਰੋਜ਼ ਹੀ ਪੜੀਦਾ ਹੈ ਕ੍ਰਾਂਤੀਪਾਲ ਹੈਰਾਨ ਹੋਇਆ ਉਹ ਦੇਸ਼ ਦੇ ਕਿਸੇ ਕੋਨੇ 'ਚ ਉਹ ਇਹੋ ਜਿਹੀ ਖ਼ਬਰ ਨਹੀਂ ਆਉਂਦੀ ਜਿਹਨੂੰ ਪੜ੍ਹ ਕੇ ਲੱਗੇ ਵੀ ਕਿਸੇ ਪਾਸੇ ਤਾਂ ਸੁਖ ਸ਼ਾਂਤੀ ਹੈ ਮਹਾਰਾਸ਼ਟਰ 'ਚ ਫਿਲਮ ਐਕਟਰ ਆਤਮ ਹੱਤਿਆ ਕਰੀ ਜਾਂਦੇ ਹੈ ਦੇਸ਼ ਦਾ ਪ੍ਰਧਾਨ ਮੰਤਰੀ ਬਿਹਾਰ ਦੀਆਂ ਚੋਣਾਂ 'ਚ ਹਾਲੋਂ ਬਿਹਾਲ ਹੋਇਆ ਫਿਰਦਾ ਹੈ ਕਿਸਾਨ ਖੁਦਕੁਸ਼ੀਆਂ ਕਿਸਾਨ ਧਰਨੇ ਨਸ਼ਿਆਂ ਦੀ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਮੁਜਾਰੇ ਹੁਣ ਤਾਂ ਖ਼ਬਰ ਤੋਂ ਡਰ ਆਉਣ ਲੱਗ ਪਿਆ ਮਾਸਟਰ ਜੀ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਹੁਣੇ ਖ਼ਬਰਾਂ ਲੋਕਾਂ ਨੂੰ ਬੇਚੈਨ ਨਹੀਂ ਕਰਦੀਆਂ ਨਾਜੀਬ ਲੱਗਦੀਆਂ ਲੋਕ ਸਿਰਫ਼ ਖ਼ਬਰ ਦੀ ਸੁਰਖੀ ਪੜ੍ਹਦੇ ਆ ਤੇ ਫਿਰ ਅਗਲੀ ਖ਼ਬਰ ਦੇਖਣ ਲੱਗਦੇ ਆ ਗੱਲ ਕਰਕੇ ਕ੍ਰਾਂਤੀਪਾਲ ਉੱਪਰ ਵੱਲ ਨੂੰ ਚੜ੍ਹੀ ਆਉਂਦੀ ਕਾਲੀ ਘਟਾ ਵੱਲ ਦੇਖਣ ਲੱਗਾ ਸ਼ਾਇਦ ਅਜਿਹੇ ਹਾਲਾਤ ਕਾਰਨ ਹੀ ਮਾਪੇ ਬੱਚਿਆਂ ਨੂੰ ਬਾਹਰ ਭੇਜਣ ਨੂੰ ਤਰਜੀਹ ਦਿੰਦੇ ਆ ਪੰਜਾਬ ਚੋਂ ਤਾਂ ਸਮਝ ਲੈ ਕ੍ਰਾਂਤੀਕਾਰ ਬ੍ਰੇਨ ਡレイン ਹੋਗੀ ਕੱਲੀ ਬ੍ਰੇਨ ਡਰੇਨ ਨਹੀਂ ਹੋ ਰਹੀ ਮਾਸਟਰ ਜੀ ਇਕਨੋਮੀ ਡਰੇਨ ਵੀ ਹੋ ਰਹੀ ਹੈ ਪਹਿਲਾਂ ਪ੍ਰਵਾਸੀ ਡਾਲਰ ਕਮਾ ਕੇ ਪੰਜਾਬ ਚ ਕੋਠੀਆਂ ਬਣਾਉਂਦੇ ਸੀ ਉੱਪਰ ਜਹਾਜ਼ ਨਮਾ ਟੈਂਕੀਆਂ ਬਣਾਉਂਦੇ ਸੀ ਹੁਣ ਉਹ ਪੰਜਾਬ ਚ ਕੋਠੀਆਂ ਵੇਚਣ ਆਉਂਦੇ ਨੇ ਹੁਣ ਪੰਜਾਬ ਦੀਆਂ ਜ਼ਮੀਨਾਂ ਦੇ ਠੇਕੇ ਦਾ ਪੈਸਾ ਕੈਨੇਡਾ ਅਮਰੀਕਾ ਦੀ ਪੜ੍ਹਾਈ ਦੀਆਂ ਫੀਸਾਂ ਚ ਲੱਗਦਾ ਹੈ ਹਰ ਸਾਲ 1.5 ਲੱਖ ਦੇ ਕਰੀਬ ਸਟੂਡੈਂਟ ਬਾਹਰ ਜਾ ਰਿਹਾ ਹੈ ਪੜ੍ਹਾਈ ਕਰਨ ਕਰਨੀ ਤਾਂ ਉਹਨਾਂ ਨੇ ਉੱਥੇ ਲੇਬਰ ਹੀ ਹੈ ਫਿਰ ਵਰਕ ਪਰਮਿਟ ਲੈਣਾ ਹੁੰਦਾ ਹੈ ਪੀਆਰ ਲੈਣੀ ਹੁੰਦੀ ਹੈ ਇੱਥੇ ਅਸੀਂ ਗੁਰਦੁਆਰਿਆਂ 'ਚ ਜਾ ਕੇ ਆਪਣੇ ਪੁੱਤਾਂ ਧੀਆਂ ਦੇ ਉਜਾੜੇ ਲਈ ਅਰਦਾਸਾਂ ਕਰਾਉਂਦੇ ਆਂ ਸਾਡੇ ਬੱਚਿਆਂ ਨੂੰ ਪੀਆਰ ਮਿਲ ਜੇ ਇਹ ਅੱਜ ਦੇ ਪੰਜਾਬ ਦੀ ਸੱਚਾਈ ਹੈ ਦਿਸਦੀ ਹੈ ਕਿਸੇ ਨੌਜਵਾਨ ਮੁੰਡੇ ਦੇ ਚਿਹਰੇ ਤੇ ਰੌਣਕ ਖੇਤ ਗੇੜਾ ਮਾਰਨ ਦੀ ਹਿੰਮਤ ਹੈ ਨਹੀਂ ਪਰ ਜੇ ਵੀਜ਼ੇ ਓਪਨ ਹੋ ਜਾਣ ਤਾਂ ਸਾਰਾ ਪੰਜਾਬ ਪੈਦਲ ਤੁਰ ਕੇ ਕੈਨੇਡਾ ਜਾਣ ਨੂੰ ਤਿਆਰ ਹੋ ਜਾਊ ਬਿਹਾਰ ਯੂਪੀ ਵਾਲੇ ਇੱਥੇ ਪਈਏ ਸਾਡੇ ਉੱਥੇ ਪਈਏ ਕ੍ਰਾਂਤੀਪਾਲ ਦੇ ਬੋਲਾਂ 'ਚ ਵਿਅੰਗ ਸੀ ਕੋਈ ਹੱਲ ਵੀ ਤਾਂ ਹੈ ਨਹੀਂ ਕ੍ਰਾਂਤੀਪਾਲ ਤੂੰ ਦੱਸ ਕ੍ਰਾਂਤੀਪਾਲ ਉੱਪਰ ਅਸਮਾਨ ਵੱਲ ਝਾਕੇ ਆਪਾਂ ਚੜੀ ਆਉਂਦੀ ਇਸ ਕਾਲੀ ਘਟਾ ਨੂੰ ਰੋਕ ਸਕਦੇ ਆ ਉਹ ਕੁਝ ਪਲ ਚੁੱਪ ਰਿਹਾ ਫਿਰ ਆਪ ਹੀ ਬੋਲੇ ਨਹੀਂ ਨਾ ਰੋਕ ਸਕਦੇ ਬਸ ਐਵੇਂ ਪੰਜਾਬੀ ਸੁਭਾਅ 'ਚ ਭੇਡ ਚਾਲ ਦੇ ਵਰਤਾਰੇ ਨੂੰ ਵੀ ਰੋਕ ਨਹੀਂ ਸਕਦੇ ਜੇ ਕਿਸੇ ਸਾਲ ਆਲੂ ਚੰਗੇ ਭਾਅ ਵਿਕੇ ਸਾਰੇ ਜੱਟ ਆਲੂ ਵੇਚਣ ਲੱਗ ਜਾਂਦੇ ਆ ਉਹਨਾਂ ਚਿਰ ਵੀ ਹਟਦੇ ਜਿੰਨਾ ਚਿਰ ਆਲੂਆਂ ਦੀ ਬੇਕਦਰਹੀ ਨਹੀਂ ਹੁੰਦੀ ਤੇ ਸੜਕਾਂ ਉੱਪਰ ਨਹੀਂ ਸੁੱਟਣ ਲੱਗਦੇ ਐਵੇਂ ਜੱਟ ਨਾਮ ਦੀਆਂ ਫਿਲਮਾਂ ਦਾ ਹੁੰਦਾ ਹੁਣ ਆਈਲੈਂਡਸ ਕਰਕੇ ਬੱਚਿਆਂ ਨੂੰ ਬਾਹਰ ਭੇਜਣ ਦਾ ਰੁਝਾਨ ਹੈ ਹਲਕੀ ਹੋਣਾ ਠੱਗੀਆਂ ਵੀ ਖਾਈ ਜਾਂਦੀਆਂ ਪੈਸੇ ਵੀ ਬਰਬਾਦ ਕਰੀ ਜਾਂਦੇ ਆ ਕੱਲ ਮੈਂ ਖਬਰ ਪੜ੍ਹੀ ਐ ਜ਼ੀਰੇਵਾਲ ਦੀ ਕੁੜੀ 24 ਲੱਖ ਦੀ ਠੱਗੀ ਮਾਰ ਗਈ ਹੁਣ ਮੁੰਡੇ ਨੂੰ ਪੇਪਰ ਨਹੀਂ ਭੇਜਦੀ ਉਹਨਾਂ ਮੁਕੱਦਮਾ ਕੀਤਾ ਲੋਕ ਹਟਦੇ ਫੇਰ ਵੀ ਨਹੀਂ ਇਹੋ ਜਿਹੇ ਸੌਦੇ ਕਰਨ ਉਹ ਆਪਣੇ ਰੁਲੀਆ ਸਿੰਘ ਨੇ ਕੀਤਾ ਐ ਸੌਦਾ ਜੇ ਕੁੜੀ ਮੁਕਰ ਜਾਂਦੀ ਇਹ ਤਾਂ ਜੈਪਾਲ ਆਪਣੀ ਜਾਣ ਪਛਾਣ ਚੋਂ ਸੀ ਕੋਈ ਓਬੜ ਹੁੰਦਾ ਤਾਂ ਮਾਂਜ ਦੇਣਾ ਸੀ ਰੁਲੀਆ ਸਿੰਘ ਨੂੰ ਵੀਰ ਸਿੰਘ ਨੇ ਵੇਲੇ ਦੀ ਸੱਚਾਈ ਦੱਸੀ ਕਟਾਈ ਨੀ ਕਾਲੀ ਤੇ ਸੰਗਣੀ ਸੀ ਦਿਨ ਦਾ ਚਾਨਣ ਰਾਤ ਵਰਗੇ ਹਨੇਰੇ ਚ ਵਟਣ ਲੱਗਾ ਮਾਸਟਰ ਜੀ ਮੀ ਆਉ ਜਾ ਨੇਰੀ ਆਪਾਂ ਇਥੋਂ ਨਿਕਲੀਏ ਟੋਲ ਪਲਾਜ਼ੇ ਉੱਪਰ ਧਰਨੇ ਵਾਲਿਆਂ ਕੋਲ ਵੀ ਜਾਣਾ ਕ੍ਰਾਂਤੀਪਾਲ ਨੇ ਫਿਕਰ ਨਾਲ ਕਿਹਾ ਦੋਵੇਂ ਉੱਠ ਖੜੇ ਠੰਡੀ ਹਵਾ ਦਾ ਤੇਜ਼ ਬੁੱਲਾ ਆਇਆ ਸਕੂਟਰ ਸਟਾਰਟ ਕਰਕੇ ਦੋਵੇਂ ਕਾਲੀ ਘਟਾਵਲ ਵੇਖਦੇ ਸ਼ਹਿਰ ਦੇ ਬਾਈਪਾਸ ਵੱਲ ਨਿਕਲ ਗਏ ਅੰਗ 48ਵਾਂ ਮੌਸਮ ਦੀ ਪਰਵਾਹ ਨਾ ਕਰਦੇਆਂ ਟੋਲ ਪਲਾਜ਼ੇ ਉੱਪਰ ਕਿਸਾਨ ਡਟੇ ਹੋਏ ਸਨ ਬੁਢੇਰੀ ਉਮਰ ਦੀਆਂ ਔਰਤਾਂ ਵੀ ਬੈਠੀਆਂ ਹੋਈਆਂ ਸਨ ਕ੍ਰਾਂਤੀਪਾਲ ਕ੍ਰਾਂਤੀਪਾਲ ਨੇ ਸਟੇਜ ਤੇ ਬੈਠਦੇ ਆ ਕਿ ਅਸੀਂ ਫੈਸਲਾ ਕੀਤਾ ਹੈ ਆਪਾਂ ਨੂੰ ਫਿਰ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਵੱਲ ਕੂਚ ਕਰਨਾ ਪੈਣਾ ਹੈ ਜਦੋਂ ਕੁਝ ਬੰਦੇ ਬੇਯਕੀਨੀ ਜਈ ਨਾਲ ਕ੍ਰਾਂਤੀਪਾਲ ਵੱਲ ਝਾਕੇ ਤਾਂ ਉਹਨੇ ਕਿਹਾ ਸਰਕਾਰ ਨੂੰ ਭਰਮ ਹੈ ਕਿਸਾਨ ਵਾਪਸ ਘਰਾਂ ਨੂੰ ਜਾ ਰਹੀ ਹੈ ਉਹ ਪ੍ਰਚਾਰ ਵੀ ਇਵੇਂ ਕਰ ਰਹੀ ਹੈ ਖਾਲੀ ਹੁੰਦੀਆਂ ਥਾਵਾਂ 'ਚ ਘਰਾਂ ਨੂੰ ਮੁੜਦੇ ਕਿਸਾਨਾਂ ਨੂੰ ਬਾਰ-ਬਾਰ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ ਆਪਾਂ ਸਰਕਾਰ ਦਾ ਇਹ ਭਰਮ ਤੋੜਨਾ ਹੈ ਗਾਜੀ ਬਾਡਰ ਤੋਂ ਭਾਰੀ ਗਿਣਤੀ ਚ ਕਿਸਾਨ ਮੋੜ ਆਏ ਆ ਆਪਣੇ ਵੀ ਤਾਂ ਇਧਰੋਂ ਕੱਲ ਪੂਰੇ 100 ਟਰੈਕਟਰਾਂ ਦਾ ਜਥਾ ਸਿੰਘ ਬਾਡਰ ਸਿੰਘੂ ਬਾਡਰ ਵੱਲ ਰਵਾਨਾ ਹੋਇਆ ਨਾਲੇ ਇਸਵਾਰ ਸਾਰੇ ਨੌਜਵਾਨ ਮੁੰਡੇ ਗਏ ਆ ਵੀਰ ਸਿੰਘ ਦੇ ਲੱਗੇ ਬੈਠੇ ਕਿਸਾਨ ਨੇ ਦੱਸਿਆ ਉਹ 45 ਸਾਲਾਂ ਦੀ ਉਮਰ ਦਾ ਪੜਿਆ ਲਿਖਿਆ ਕਿਸਾਨ ਜਾਪਦਾ ਸੀ ਉਹਦੀ ਗੱਲ ਸੁਣ ਕੇ ਕ੍ਰਾਂਤੀਪਾਲ ਖੁਸ਼ ਹੋ ਗਿਆ ਵਾਹ ਇਹ ਤਾਂ ਬਹੁਤ ਚੰਗੀ ਗੱਲ ਆ ਆਪਾਂ ਜਾਈ ਹੋਰ ਵੀ ਜਥੇ ਭੇਜਣੇ ਆ ਆਪ ਵੀ ਉਹਨਾਂ ਚ ਸ਼ਾਮਲ ਹੋਣਾ ਇਹ ਲੜਾਈ ਛੇਤੀ ਮੁੱਕਣ ਵਾਲੀ ਨਹੀਂ ਅਵੇਸਲੇ ਹੋਏ ਰਹੇ ਆ ਤਾਂ ਪੰਜਾਬ ਦੀ ਹਾਲਤ ਇੰਨੀ ਨਿੱਗਰ ਗਈ ਐ ਲੀਡਰਾਂ ਨੇ ਆਪਣੀਆਂ ਕੁਰਸੀਆਂ ਤੋਂ ਸਵਾਹ ਹੋਰ ਕਿਸੇ ਬਾਰੇ ਕੁਝ ਨਹੀਂ ਸੋਚਿਆ ਨਾ ਹੀ ਸਾਨੂੰ ਇਹਨਾਂ ਤੋਂ ਕੋਈ ਉਮੀਦ ਰੱਖਣੀ ਚਾਹੀਦੀ ਆਏ ਦਿਨ ਇੱਥੇ ਕਤਲ ਹੋ ਰਹੇ ਆ ਅਗਵਾਦੀਆਂ ਘਟਨਾਵਾਂ ਵਾਪਰ ਰਹੀਆਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਐ ਸਰਕਾਰ ਕਿਸੇ ਪਾਰਟੀ ਦੀ ਆ ਜਾਏ ਕਿਸੇ ਨੇ ਕੁਝ ਨਹੀਂ ਲੋਕਾਂ ਦਾ ਸਵਾਰਨਾ ਹੁਣ ਆਪਾਂ ਨੂੰ ਆਪਣਾ ਸਿਰ ਆਪ ਹੀ ਗੁੰਦਣਾ ਪੈਣਾ ਹੈ ਕ੍ਰਾਂਤੀਪਾਲ ਦੇ ਫਿਕਰ ਸਾਰਿਆਂ ਦੇ ਫਿਕਰ ਇਹੀ ਸੋਚ ਰਹੇ ਸੀ ਸਾਰੇ ਕਾਲੀ ਘਟਾ ਹੁਣ ਜਿਵੇਂ ਟੋਲ ਪਲਾਜ਼ੇ ਉੱਪਰ ਦੇ ਉਤਰ ਆਈ ਹੋਵੇ। ਉੱਪਰ ਵੱਲ ਦੇਖਦੇ ਆਂ ਕ੍ਰਾਂਤੀਪਾਲ ਨੇ ਕਿਹਾ ਭਰਾਓ ਹੁਣ ਆਪਾਂ ਇੰਨਾ ਅੱਗੇ ਲੰਘ ਆਏ ਆਂ ਪਿੱਛੇ ਨਹੀਂ ਮੁੜਿਆ ਜਾ ਸਕਦਾ। ਸਮਾਜ ਦਾ ਹਰ ਵਰਗ ਇਸ ਕਿਸਾਨ ਅੰਦੋਲਨ ਦਾ ਹਮਾਇਤੀ ਹੈ। ਗਾਇਕ, ਕਲਾਕਾਰ, ਲੇਖਕ, ਬੁੱਢੇ ਜੀ ਵੀ, ਨੌਜਵਾਨ ਇੱਥੋਂ ਤੱਕ ਕਿ ਸਾਡੀਆਂ ਮਾਵਾਂ, ਭੈਣਾਂ, ਧੀਆਂ ਵੀ ਅੰਦੋਲਨ 'ਚ ਆਪਣਾ ਵੱਡਾ ਯੋਗਦਾਨ ਪਾ ਰਹੀਆਂ ਆਂ। ਕਿਸਾਨਾਂ ਦੇ ਸੰਘਰਸ਼ ਨਾਲ ਸਾਰਾ ਦੇਸ਼ ਇੱਕ ਹੋ ਗਿਆ। ਬਾਰਡਰਾਂ ਉੱਪਰ ਨਾ ਜਾਤ ਦਾ ਵਿਕ स्वीकारਨ ਅਜਮਾਤ ਦਾ ਇਹ ਵਰਤਾਰਾ ਹਾਕਮ ਧਿਰਾਂ ਨੂੰ ਰਾਸ ਨਹੀਂ ਆ ਰਿਹਾ ਉਹ ਅੰਦਰੋਂ ਪੂਰੇ ਘਬਰਾਏ ਹੋਏ ਆਸੀਂ ਸਾਰੇ ਚਿੰਤਤ ਜ਼ਰੂਰ ਹਾਂ ਪਰ ਨਿਰਾਸ਼ ਨਹੀਂ ਹਾਂ ਭਾਵੇਂ ਅਸੀਂ ਬੜੇ ਅਨਸੁਖਾਵੇਂ ਦੌਰ ਚੋਂ ਲੰਘ ਰਹੇ ਹਾਂ ਪਰ ਸਾਡੇ ਹੌਸਲੇ ਬੁਲੰਦ ਹੈ ਮੈਂ ਤੁਹਾਨੂੰ ਕ੍ਰਾਂਤੀਪਾਲ ਮੋਦੀ ਸਰਕਾਰ ਇੱਕ ਹੋਰ ਕਿਸਾਨ ਨੇ ਕ੍ਰਾਂਤੀਪਾਲ ਨੂੰ ਟੋਕਦੇ ਆ ਕਿ ਐਨੀ ਜਿੱਦੀ ਕਿਉਂ ਹੈ ਪੂਰੀ ਸਰਕਾਰ ਜਿੱਦੀ ਨਹੀਂ ਹੈ ਸਿਰਫ ਇੱਕ ਦੋ ਨੇਤਾ ਹੀ ਜਿੱਦੀ ਹੈ ਹੋ ਸਕਦਾ ਉਹਦੇ ਆਪਣੇ ਮੰਤਰੀ ਐਮਪੀ ਵੀ ਅੰਦਰੋਂ ਦੁਖੀ ਹੋਣ ਤੇ ਕਿਸਾਨਾਂ ਦੇ ਹੱਕ ਚ ਹੋਣ ਪਰਦੇਸ਼ ਚ ਮਾਹੌਲ ਹੀ ਐਸਾ ਬਣਾ ਦਿੱਤਾ ਗਿਆ ਇੱਥੇ ਕਹਿਣ ਨੂੰ ਹੀ ਲੋਕਤੰਤਰ ਹੈ ਸਾਰਾ ਰਾਜਸੀ ਪ੍ਰਬੰਧ ਤਾਨਾਸ਼ਾਹੀ ਢੰਗ ਨਾਲ ਚਲਾਇਆ ਜਾ ਰਿਹਾ ਫੇਰ ਆਪਣੇ ਅੰਦੋਲਨ ਦਾ ਕੀ ਬਣੂ ਇੱਕ ਲਗਭਗ 80 ਸਾਲਾਂ ਨੂੰ ਠੁਕੇ ਬਜ਼ੁਰਗ ਰਹੇ ਕਿ ਮਣੂੰਗਾ ਬਾਬਾ ਸਭ ਕੁਝ ਬਣੂਗਾ ਅਸੀਂ ਜਿੱਤ ਕੇ ਮੁੜਾਂਗੇ ਇਸ ਵੇਲੇ ਅਸੀਂ ਇੱਕ ਵੱਡੇ ਇਤਿਹਾਸਿਕ ਮੋੜ ਤੇ ਖੜੇ ਹਾਂ ਪੂਰਾ ਦੇਸ਼ ਪੂਰਾ ਦੇਸ਼ ਕੀ ਪੂਰਾ ਸੰਸਾਰ ਪੰਜਾਬ ਦੇ ਕਿਸਾਨਾਂ ਵੱਲ ਵੇਖ ਰਿਹਾ ਕਣੀਆਂ ਕੁਝ ਤੇਜ਼ ਹੋ ਗਈਆਂ ਹਵਾ ਵੀ ਚੱਲ ਪਈ ਵੀਰ ਸਿੰਘ ਨੇ ਅਨੁਮਾਨ ਲਾਉਂਦੇ ਆ ਕਿ ਆ ਲੱਗਦਾ ਹੈ ਹੁਣ ਝੱਖੜ ਵੀ ਆਉ। ਕੁਝ ਕਿਸਾਨ ਵਿਚਾਈਆਂ ਦਰਿਆ ਭਿੱਜਣ ਦੇ ਡਰੋਂ ਇਕੱਠੀਆਂ ਕਰਨ ਲੱਗ ਪਏ। ਵੀਰ ਸਿੰਘ ਨੇ ਕਿ ਆਪਾਂ ਇਹੋ ਜੀਆਂ ਬੇਵਕਤੀ ਮੀਂਹ ਝੱਖੜਾਂ ਤੋਂ ਤਾਂ ਕਿਸੇ ਨਾ ਕਿਸ ਤਰ੍ਹਾਂ ਬਚ ਜਾਾਂਗੇ। ਪਰ ਕਿਸਾਨ ਮਾਰੂ ਕਾਨੂੰਨਾਂ ਦੀ ਜਿਹੜੀ ਹਨੇਰੀ ਚੜੀ ਆਉਂਦੀ ਹੈ ਇਹ ਤੋਂ ਬਚਾ ਕਰਨ ਦੀ ਵੱਡੀ ਚਿੰਤਾ ਹੈ। ਇਹਨੂੰ ਵੀ ਪਾਲਾਂਗੇ ਠੱਲ ਇੱਕ ਨੌਜਵਾਨ ਪੂਰਾ ਭਰੋਸੇ ਨਾਲ ਬੋਲਿਆ। ਕਣੀਆਂ ਅਜੇ ਮੀਂਹ ਨਹੀਂ ਸੀ ਬਣਿਆ ਕੱਲ ਦਾ ਪ੍ਰੋਗਰਾਮ ਸਮਝਾ ਕੇ ਵੀਰ ਸਿੰਘ ਤੇ ਕ੍ਰਾਂਤੀਪਾਲ ਨੇ ਆਪਣੇ ਸਕੂਟਰ ਆ ਕੇ ਸਟਾਰਟ ਕਰ ਲਏ। ਬਾਈਪਾਸ ਤੋਂ ਸ਼ਹਿਰ ਵੱਲ ਮੁੜਨ ਲੱਗਿਆ ਕ੍ਰਾਂਤੀਪਾਲ ਨੇ ਹੱਥ ਨਾਲ ਇਸ਼ਾਰਾ ਕਰਕੇ ਵੀਰ ਸਿੰਘ ਨੂੰ ਰੋਕ ਲਿਆ ਮਾਸਟਰ ਜੀ ਮੌਸਮ ਨਾਲ ਵੀ ਦੋ ਦੋ ਹੱਥ ਕਰ ਹੀ ਲਈਏ ਮੀਂਹ ਪੈਣ ਨੂੰ ਜੀ ਕਰਦਾ ਵੀਰ ਸਿੰਘ ਹੱਸਿਆ ਜਾਨੀ ਵੇਲੇ ਚ ਉਤਰ ਕੇ ਵੇਖ ਲਈਏ ਬੁਝਾਰਤਾਂ ਨਹੀਂ ਆ ਨਾ ਭਾ ਸਕੂਲ ਵਾਲੀ ਆदत ਛੱਡਦੇ ਹੁਣ ਯਾਰ ਮੇਰਾ ਮਤਲਬ ਹੈ ਧਰਨੇ ਲੱਗਦੇ ਰਹਿਣੇ ਆਂਦੋਲਨ ਵੀ ਚੱਲਦੇ ਰਹਿਣੇ ਆ ਮੌਸਮ ਇੰਜੋਏ ਕਰੀਏ ਵੀਰ ਸਿੰਘ ਕਾਲੇ ਝੁੱਲ ਵਾਂਗ ਤਣੀ ਘਟਾ ਵੱਲ ਵੇਖਦੇ ਆ ਅੱਖਾਂ ਵਿੱਚ ਹੀ ਮੁਸਕਰਾਇਆ ਸਿੱਧਾ ਨਹੀਂ ਕਹਿੰਦਾ ਮੌਸਮ ਨੂੰ ਗੀ ਰੰਗਾ ਕਰਨਾ ਹੁਣ ਤਾਂ ਮੋਰ ਰੰਗਾ ਹੋਇਆ ਪਿਆ। ਕ੍ਰਾਂਤੀਪਾਲ ਵੀ ਹੱਸਿਆ। ਉਹ ਮੇਰੇ ਘਰ ਵੱਲ ਮੋੜ ਲਾ ਫਿਰ। ਗੱਲ ਤਾਂ ਮੈਂ ਛੇੜੀ ਸੀ। ਤੂੰ ਆ ਜਾ ਪਿੱਛੇ। ਕਹਿ ਕੇ ਕ੍ਰਾਂਤੀਪਾਲ ਦਾ ਜਵਾਬ ਉਡੀਕ ਕੇ ਬਿਨਾਈ ਵੀਰ ਸਿੰਘ ਨੇ ਸਕੂਟਰ ਗিয়ার ਚ ਪਾ ਕੇ ਰੇਸ ਦੇ ਦਿੱਤੀ। ਰਸਤੇ 'ਚ ਮੀਂਹ ਤੇਜ਼ ਹੋ ਗਿਆ। ਦੋਵੇਂ ਇੱਕ ਦੁਕਾਨ ਦੇ ਸ਼ੈੱਡ ਹੇਠਾਂ ਰੁੱਕ ਗਏ। ਉਦੋਂ ਹੀ ਮੂੰਹ ਉੱਪਰ ਮਾਸਕ ਚੜਾਈ ਆਉਂਦੇ ਰਾਮ ਸਰੂਪ ਨੂੰ ਦੋਹਾਂ ਨੇ ਵੇਖ ਲਿਆ। ਰੋਕਾਂ ਕ੍ਰਾਂਤੀਪਾਲ ਨੇ ਪੁੱਛਿਆ, "ਛੱਡ ਯਾਰ, ਚਿੱਚੜ ਐ। ਆਪਾਂ ਕੀ ਲੈਣਾ? ਕੱਚੇ ਪੇਲੇ ਜੇ ਤੂੰ। ਦੋ ਤਿੰਨ" ਅੱਗ ਚਾੜੇ ਬਿਨਾ ਤਾਂ ਇਹਦਾ ਮੂੜੀ ਨਹੀਂ ਬਣਦਾ ਪੇਨ ਲਈ ਇੰਨੇ ਚ ਤਾਂ ਰਾਮ ਸਰੂਪ ਮੋੜ ਮੁੜ ਗਿਆ ਮੀਂਹ ਦਾ ਛੜਕਾ ਹੀ ਸੀ ਰੁਕਿਆ ਤਾਂ ਫਿਰ ਤੁਰ ਪੇ ਵੀਰ ਸਿੰਘ ਦੀ ਬੈਠਕ ਚਾਉਂਦਿਆਂ ਤੱਕ ਨਾ ਉਹ ਜੇਸੀ ਨਾ ਸੁੱਕੇ ਜਿਸ ਵੇਲੇ ਕ੍ਰਾਂਤੀਪਾਲ ਤੇ ਮਾਸਟਰ ਗਲਾਸਾਂ ਚੋਂ ਨਿੱਕੇ ਨਿੱਕੇ ਘੁੱਟਾਂ ਪਾਰ ਰਹੇ ਸੀ ਉਸੇ ਵੇਲੇ ਦਿੱਲੀ ਏਅਰਪੋਰਟ ਤੋਂ ਸਣੀ ਨੂੰ ਜਹਾਜ਼ ਛਡਾ ਕੇ ਰੁਲੀਆ ਸਿੰਘ ਹੋਰੀ ਕਾਰ ਆ ਗਏ ਵਿੜੇ 'ਚ ਖੜਾ ਅੰਦਰੋਂ ਪੂਰਾ ਖੜਿਆ ਰੁਲੀਆ ਸਿੰਘ ਕਾਲੇ ਬੱਦਲਾਂ ਵੱਲ ਵੇਖ ਰਿਹਾ ਸੀ ਉਦੇ ਵਟਸਐਪ ਦੀ ਰਿੰਗ ਵੱਜੀ ਆਪਣੇ ਕੈਨੇਡਾ ਵਾਲੇ ਰਿਸ਼ਤੇਦਾਰ ਦਾ ਚਿਹਰਾ ਵੇਖ ਕੇ ਰੁਲੀਆ ਸਿੰਘ ਦੇ ਦਿਲ ਦੀ ਧੜਕਣ ਕੁਝ ਤੇਜ਼ ਹੋ ਗਈ ਸასი ਕਾਲ ਬੁਲਾ ਕੇ ਰਿਸ਼ਤੇਦਾਰ ਨੇ ਦੱਸਿਆ ਸਨੀ ਜਦੋਂ ਪਹੁੰਚ ਗਿਆ ਅਸੀਂ 에어ਪੋਰਟ ਤੋਂ ਘਰ ਲੈ ਆਵਾਂਗੇ ਫਿਕਰ ਨੀ ਕਰਨਾ ਸਭ ਠੀਕ ਹੈ ਬਾਕੀ ਗੱਲਾਂ ਫੇਰ ਕਰਾਂਗੇ ਰੁਲੀਆ ਸਿੰਘ ਦਾ ਚਿਹਰਾ ਖੁਸ਼ੀ ਨਾਲ ਪਰਵਾਰਿਆ ਗਿਆ ਉਹਨੇ ਝੱਟ ਦਲੀਪ ਕਰਨ ਨੂੰ ਆਵਾਜ਼ ਦਿੱਤੀ ਮੈਡਮ ਕੈਨੇਡਾ ਤੋਂ ਫੋਨ ਆਇਆ ਉਹਨਾਂ ਕਿਹਾ ਸਨੀ ਨੂੰ ਅਸੀਂ 에어ਪੋਰਟ ਤੋਂ ਜਾ ਕੇ ਲੈ ਆਵਾਂਗੇ ਫਿਕਰ ਨਾ ਕਰਿਓ ਵੇੜੇ ਚਾਉਂਦਿਆਂ ਦਲੀਪ ਕੌਰ ਨੇ ਵਾਹਿਗੁਰੂ ਦੇ ਸ਼ੁਕਰਾਨੇ 'ਚ ਹੱਥ ਜੋੜ ਗਏ। ਬੋਲੀ ਦੇਖੋ ਜੀ ਆਪਣੇ ਤਾਂ ਆਪਣੇ ਹੀ ਹੁੰਦੇ ਆ ਤਾਂ ਹੀ ਫੋਨ ਕਰਕੇ ਕਿਹਾ ਫਿਕਰ ਨਾ ਕਰਿਓ। ਫਿਰ ਉੱਪਰ ਵੱਲ ਵੇਖਦੇ ਆ ਕਿ ਅੰਦਰ ਆ ਜਾਓ ਮੌਸਮ ਖਰਾਬ ਹੋਈ ਜਾਂਦਾ ਹੈ। ਉਸ ਵੇਲੇ ਤੱਕ ਮਾਸਟਰ ਵੀਰ ਸਿੰਘ ਕ੍ਰਾਂਤੀਪਾਲ ਨੇ ਦਿਨ ਭਰ ਦੀ ਤਲਖੀ ਬਦਾਮੀ ਰੰਗੇ ਹੁਲਾਸੇ ਬਦਲ ਲਈ ਸੀ। ਮੀਤੇ ਝੱਖੜ ਭਾਵੇਂ ਬੇਮੌਸਮੀ ਸੀ ਇਹੋ ਜੀਆਂ ਕੁਦਰਤੀ ਆਫਤਾਂ ਦੇ ਤਾਂ ਆਦੀ ਹੋ ਗਏ ਸੀ। ਵੀਰ ਸਿੰਘ ਨੇ ਘੁੱਟ ਭਰ ਕੇ ਗਲਾਸ ੇਠਾਂ ਰੱਖਦਿਆਂ ਪੁੱਛਿਆ ਕ੍ਰਾਂਤੀਪਾਲ ਤੈਨੂੰ ਕਿਵੇਂ ਲੱਗਦਾ ਕਿਸਾਨਾਂ ਦਾ ਕੁਝ ਬਣੂ? ਮੈਨੂੰ ਇੱਕੋ ਚਿੰਤਾ ਮਾਸਟਰ ਜੀ ਇਹ ਸੰਘਰਸ਼ ਲੰਬਾ ਹੁੰਦਾ ਜਾਂਦਾ ਹੈ ਕਿਸਾਨ ਜਥੇਬੰਦੀਆਂ ਦੇ ਇੱਕ-ਇੱਕ ਚ ਕਾਂਗਿਆਰੀਆਂ ਨਾਲ ਕੁਝ ਪੈਟ ਕਰ ਜਾਣ ਹਾਕਮ ਤੇਰ ਬਹੁਤ ਛਾਤਰ ਹੈ ਉਹਨੇ ਆਪਣੇ ਬੰਦੇ ਧਰਨਿਆਂ ਚ ਵੜ ਕੇ ਸ਼ਾਂਤਮਈ ਧਰਨਿਆਂ ਨੂੰ ਹਿੰਸਕ ਰੂਪ ਦੇਣ ਚ ਕੋਈ ਕਸਰ ਨਹੀਂ ਛੱਡਣੀ ਭਲਾ ਕਿੰਨੀਆਂ ਕੁ ਕਿਸਾਨ ਜਥੇਬੰਦੀਆਂ ਹੋਣਗੀਆਂ ਪੰਜਾਬ ਚ 33 ਤਾਂ ਹੈਗੀਆਂ ਨੇ ਫਿਰ ਵਿੱਚ ਸਰਕਾਰੀ ਨਹੀਂ ਇੱਕ ਦੋ ਹੋਰ ਵੀ ਹੋਣਗੇ ਜਿਹੜੀਆਂ ਅੰਦਰ ਖਾਤੇ ਸਰਕਾਰੀ ਪੱਖਪੂਰ ਦੀਆਂ ਹੋਣਗੀਆਂ ਕ੍ਰਾਂਤੀਪਾਲ ਫਿਰ ਆਪਾਂ ਕੀ ਭਾਲਦੇ ਆ ਸਰਕਾਰ ਤੋਂ ਮੈਨੂੰ ਸਾਡੀਆਂ ਅਧਿਆਪਕ ਜਥੇਬੰਦੀਆਂ ਦਾ ਪਤਾ ਹੈ ਉਹਨਾਂ 'ਚ ਵੀ ਸਰਕਾਰ ਪੱਖੀਆਂ ਨੇ ਕੁਝ ਸਪੈਟ ਕੀਤੀ ਹੋਈ ਹੈ ਇਹਨਾਂ ਦਾ ਕੰਮ ਹਰ ਮੂਮੈਂਟ ਨੂੰ ਤਾਰਪੀਡੋ ਕਰਨਾ ਹੁੰਦਾ ਹੈ ਉਹ ਤਾਂ ਹੈ ਸੰਘਰਸ਼ ਵੀ ਤਾਂ ਲੰਮੇ ਹੋ ਜਾਂਦੇ ਆ ਹਕੂਮਤ ਦਾ ਸਾਰਾ ਜ਼ੋਰ ਲੱਗਿਆ ਹੁੰਦਾ ਲੋਕਾਂ ਜਾਂ ਜਥੇਬੰਦੀਆਂ ਇੱਕ ਨਾ ਹੋਣ ਉਹਨਾਂ ਨੂੰ ਪਤਾ ਹੁੰਦਾ ਪ੍ਰਧਾਨਗੀਆਂ ਦੀ ਲਾਲਸਾ ਨੇ ਇਹਨਾਂ ਜਥੇਬੰਦੀਆਂ ਨੂੰ ਕਦੇ ਇੱਕ ਨਹੀਂ ਹੋਣ ਦੇਣਾ ਜਿੰਨੀਆਂ ਵੱਧ ਜਥੇਬੰਦੀਆਂ ਹਾਕਮ ਧਿਰ ਦੀ ਬੱਲੇ ਬੱਲੇ ਤੇ ਕਈ ਵਾਰ ਤਾਂ ਵਿਰੋਧੀ ਪਾਰਟੀਆਂ ਲੋਕਾਂ ਨੂੰ ਦਿਖਾਉਣ ਲਈ ਵਿਰੋਧ ਕਰਦੀਆਂ ਨੇ ਅੰਦਰੋਂ ਕਿਓ ਖਿਚੜੀ ਹੁੰਦੀਆਂ ਨੇ ਇੱਕ ਦੂਜੇ ਨਾਲ ਆ ਹੁਣ ਆਪਣਾ ਮੁੱਖ ਮੰਤਰੀ ਵੇਖ ਲਓ ਵੀਰ ਸਿੰਘ ਟੋਕ ਕੇ ਬੋਲੇਆ ਗੁਟਕਾ ਸਾਭ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਚਾਰ ਹਫਤਿਆਂ ਚ ਨਸ਼ੇ ਖਤਮ ਹੋ ਗਏ ਹੋ ਗਏ ਨਸ਼ੇ ਖਤਮ ਹੋ ਗਿਆ ਰੇਤ ਮਾਫੀਆ ਬੰਦ ਹੋ ਗਿਆ ਟਰਾਂਸਪੋਰਟ ਮਾਫੀਆ ਬੰਦ ਸਭ ਦੂਨੇ ਵੱਧੇ ਫੁੱਲੇ ਆ ਦਿੱਲੀ ਵਾਲੀ ਸੱਤਾ ਦੇਖ ਲਓ ਸਾਰਾ ਕਾਲਾ ਧੰਨ ਵਾਪਸ ਆਉ ਆ ਗਿਆ ਹਰ ਇੱਕ ਦੇ ਖਾਤੇ ਚ 15-15 ਲੱਖ ਜਮਾ ਹੋਣਗੇ ਹੋ ਗਏ ਹਰ ਸਾਲ 2 ਕਰੋੜ ਸਰਕਾਰੀ ਨੌਕਰੀਆਂ ਮਿਲ ਗਈਆਂ ਕ੍ਰਾਂਤੀਪਾਲ ਮੈਨੂੰ ਤਾਂ ਲੱਗਦਾ ਹੋਣਾ ਕੁਛ ਨਹੀਂ ਲੋਕਾਂ ਨੂੰ ਸਿਆਸੀ ਪਾਰਟੀਆਂ ਨੇ ਐਵੇਂ ਹੀ ਮੂਰਖ ਬਣਾ ਕੇ ਵਾਰੀ-ਵਾਰੀ ਰਾਜ ਕਰੀ ਜਾਣਾ ਵੀਰ ਸਿੰਘ ਦੀ ਗੱਲ ਸੁਣ ਕੇ ਕ੍ਰਾਂਤੀਪਾਲ ਹੱਸਿਆ ਫਿਰ ਆਪਾਂ 5 ਸਾਲ ਲੀਡਰਾਂ ਦੇ ਵਿਰੁੱਧ ਧਰਨੇ ਲਾਉਣੇ ਆ ਘਰਾਹ ਕਰਦੇ ਆ ਰੋਸ ਮਾਰਚ ਕਰਦੇ ਆ ਉਹਨਾਂ ਦੀਆਂ ਆਰਥੀਆਂ ਭੂਕਦੇ ਆ ਉਹ ਅੰਦਰ ਵੱੜ ਕੇ ਖੁਸ਼ ਹੋਈ ਜਾਂਦੇ ਆ ਚਲੋ ਬੜਬੋਲੀ ਪਬਲਿਕ ਆਪਣੀ ਪੜਾਅਸ ਕੱਢ ਕੇ ਸ਼ਾਂਤ ਹੋ ਜਾਂਦੀ ਹੈ ਉਹਨਾਂ ਨੂੰ ਚੁੱਪ ਬੈਠੀ ਪਬਲਿਕ ਤੋਂ ਬਹੁਤ ਡਰ ਲੱਗਦਾ ਬੱਦਲ ਉਵੇਂ ਸੰਘਣੇ ਸੀ ਪਰ ਮੈਂ ਰੁਕ ਗਿਆ ਸੀ ਮਾਸਟਰ ਜੀ ਮੈਂ ਨਿਕਲਾਂ ਹਾਂ ਮੀਨ ਦਾ ਕੋਈ ਪਤਾ ਨਹੀਂ ਆਖਦੇ ਆ ਕ੍ਰਾਂਤੀਪਾਲ ਨੇ ਮੇਜ਼ ਤੋਂ ਸਕੂਟਰ ਦੀ ਚਾਬੀ ਚੁੱਕ ਲਈ ਬਾਹਰ ਜਾਣ ਲੱਗੇ ਨੇ ਕਿ ਆ ਰੁਲੀਆ ਸਿੰਘ ਨੂੰ ਫੋਨ ਕਰ ਲੈਣਾ ਸੀ ਆ ਗਿਆ ਦਿੱਲੀ ਤੋਂ ਕੇ ਜੇ ਆਇਆ ਵੀ ਹੋਇਆ ਤਾਂ ਥੱਕਿਆ ਹੋਊ ਕੱਲ ਹੀ ਪੁੱਛਾਂਗੇ ਹੁਣ ਪਰ ਕੱਲ ਤਾਂ ਆਪਣਾ ਕੀ ਪ੍ਰੋਗਰਾਮ ਹੈ ਵੀਰ ਸਿੰਘ ਦੀ ਵੀ ਗਲਾਸ ਖਾਲੀ ਕਰਕੇ ਉੱਠ ਖੜਾ ਕੱਲ ਆਪਾਂ ਸਤਲੁਜ ਦਰਿਆ ਵਾਲੇ ਟੂਨ ਪਲਾਜ਼ੇ ਤੇ ਧਰਨੇ 'ਚ ਸ਼ਾਮਲ ਹੋਣਾ ਹੈ ਪਰ ਉਸ ਤੋਂ ਪਹਿਲਾਂ ਦਿੱਲੀ ਬਾਰਡਰ ਵੱਲ ਕਿਸਾਨਾਂ ਦਾ ਜੱਥਾ ਵੀ ਤੋਰਨਾ ਹੈ ਮੈਨੂੰ ਰਿੰਗ ਮਾਰ ਦੀ ਤਿਆਰ ਰਹੁ ਕ੍ਰਾਂਤੀਪਾਲ ਬਾਹਰ ਖੜੀ ਕਰਕੇ ਓਕੇ ਦਾ ਇਸ਼ਾਰਾ ਕਰਕੇ ਚਲਾ ਗਿਆ ਇਰਲਾ ਅੰਗ ਉਨੰਜਵਾਂ ਪੇਰ ਦੇ ਤੜਕੇ ਰੁਲੀਆ ਸਿੰਘ ਤਰਬਕੇ ਜਾਗਿਆ ਕਮਰੇ ਦੀ ਚੁੱਪ ਵਿੱਚ ਮੋਬਾਈਲ ਦੀ ਘੰਟੀ ਨਿਉ ਰਾਟ ਪਾਇਆ ਹੋਇਆ ਸੀ ਉਹਨੇ ਹੜਬੜਾ ਕੇ ਮੋਬਾਈਲ ਚੁੱਕਿਆ ਦਲੀਪ ਕੌਰ ਵੀ ਜਾਗ ਗਈ ਕੈਨੇਡਾ ਤੋਂ ਰਿਸ਼ਤੇਦਾਰ ਦਾ ਫੋਨ ਸੀ ਰੁਲੀਆ ਸਿੰਘ ਜੀ ਸੰਦੀਪ ਪਹੁੰਚ ਗਿਆ ਸੀ 에ਅਰਪੋਰਟ ਤੋਂ ਉਹਨੂੰ ਘਰ ਲੈ ਆਏ ਆ ਇਸ ਵੇਲੇ ਜਗਾਉਣ ਲਈ ਸੌਰੀ ਸੰਦੀਪ ਨਾਲ ਗੱਲ ਕਰ ਲਓ ਹੁਣ ਉਧਰੋਂ ਸੰਦੀਪ ਬੋਲਿਆ ਮੋਬਾਈਲ ਹੁਣ ਦਲੀਪ ਕੌਰ ਕੋਲ ਸੀ ਹੈਲੋ ਸਨੀ ਬੇਟੇ ਹੈਲੋ ਮੰਮੀ ਜੀ ਸਤਿ ਸ੍ਰੀ ਅਕਾਲ ਮੈਂ ਠੀਕ ਠਾਕ ਪਹੁੰਚ ਗਿਆ ਡੈਡੀ ਜੀ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ ਬੁਲਾਇਓ ਅੰਕਲ ਜੀ ਮੈਨੂੰ ਲੈ ਆਏ ਨਹੀਂ ਹੁਣ ਮੈਂ ਕੱਲ ਨੂੰ ਫੋਨ ਕਰੂੰਗਾ ਬੇਟੇ ਮਨਮੀਤ ਨਹੀਂ ਆਈ 에ਰਪੋਰਟ ਤੇ ਉਹ ਨਹੀਂ ਆਈ ਮੰਮੀ ਨਾ ਜੇ ਫੋਨ ਕੀਤਾ ਉਹਨੂੰ ਵੀ ਕੱਲ ਹੀ ਮਿਲੂੰਗਾ ਓਕੇ ਬਾਏ ਮੰਮੀ ਤੇ ਫੋਨ ਉਧਰੋਂ ਬੰਦ ਹੋ ਗਿਆ ਚਾਹ ਬਣਾ ਹੁਣ ਘੈਂਟ ਜੀ ਨੀਂਦ ਤਾਂ ਹੁਣ ਆਉਣੀ ਨਹੀਂ ਰੁਲੀਆ ਸਿੰਘ ਦੇ ਬੋਲਾਂ ਚ ਪੂਰੀ ਗੜਕ ਸੀ ਦਲੀਪ ਘਰ ਬੋਲੀ ਪਰਮਾਤਮਾ ਨੇ ਆਪਣੀ ਸੁਣ ਲਈ ਰਾਜੀ ਬਾਜੀ ਸਨੀ ਕੈਨੇਡਾ ਪਹੁੰਚ ਗਿਆ ਸਕੂਲ ਦੀਆਂ ਆਧੀਆਂ ਮੈਡਮਾਂ ਦੇ ਮੂੰਹ ਹੁਣ ਬੰਦ ਹੋਣਗੇ। ਦਲੀਪਕਰ ਉੱਠੀ ਰਸੋਈ 'ਚ ਚਲੀ ਗਈ। ਕੁਝ ਦੇਰ ਬਾਅਦ ਜਦੋਂ ਚਾਹ ਬਣਾ ਕੇ ਲੈ ਆਈ ਤਾਂ ਕਿਹਾ ਮੈਨੂੰ ਅੱਜ ਲੱਡੂ ਲਿਆ ਕੇ ਦਿਓ ਮੈਂ ਆਪਣੀ ਗਲੀ 'ਚ ਵੰਡ ਕੇ ਆਉਣੀ ਆ। ਸੁੱਕੇ ਹੋਏ ਸੀ। ਲੱਡੂ ਜਿੰਨੇ ਕਹੇ ਹੁਣ ਜਾਵਾਂ ਕਿ ਦਿਨ ਚੜ ਲੈਣ ਦੀ ਹੈ। ਦਲੀਪਕਰ ਹੋਰੂ-ਹੋਰੂ ਜੈ ਰੁਲਿਆ ਸਿੰਘ ਵੱਲ ਝਾਕ ਕੇ ਜਿਵੇਂ ਫੇਰ ਦੋਵੇਂ ਇਕੱਠੇ ਹੱਸ ਪਏ। ਜਦੋਂ ਵੀਰ ਸਿੰਘ ਤੇ ਕ੍ਰਾਂਤੀਪਾਲ ਸਤਲੁਜ ਦਰਿਆ ਵਾਲੇ ਟੋਲ ਪਲਾਜ਼ੇ ਤੇ ਪਹੁੰਚੇ ਉਸ ਵੇਲੇ ਕਿਸਾਨਾਂ ਗੂ ਪੂਰੇ ਉਤਸ਼ਾਹ ਨਾਲ ਖੇਤੀ ਕਾਨੂੰਨਾ ਬਾਰੇ बोल ਰਹੀ ਅਸੀਂ ਅਸੀਂ ਵਰਗਲਾਈ ਵੀ ਛੇਤੀ ਜਾਂਦੇ ਹਾਂ ਅਸੀਂ ਠਿੱਜਦੇ ਵੀ ਬਹੁਤ ਛੇਤੀ ਹਾਂ ਅਸੀਂ ਬਹਾਦਰਾਂ ਦੀ ਕੌਮ ਆ ਇਸ ਤੇ ਦੋ ਰਾਵਾਂ ਨਹੀਂ ਲੋੜ ਪੈਣ ਤੇ ਅਸੀਂ ਖੜਕੂ ਵੀ ਹਾਂ ਯੋਧੇ ਵੀ ਹਾਂ ਮਰਜੀ ਬੜੇ ਵੀ ਹਾਂ ਸਿੱਖ ਇਤਿਹਾਸ ਦੇ ਸ਼ਹੀਦਾਂ ਤੇ ਆਜ਼ਾਦੀ ਦੀ ਜੰਗ ਦੇ ਨਾਇਕਾਂ ਤੱਕ ਸਾਡੇ ਕੋਲ ਸ਼ਹਾਦਤਾਂ ਦੀ ਮਾਣਮੱਤੀ ਪਰੰਪਰਾ ਰਹੀ ਹੈ ਦੁੱਲਾ ਪੱਟੀ ਜਿਹਾਣਾ ਮੋੜ ਇਸੇ ਮਿੱਟੀ ਚੋਂ ਪੈਦਾ ਹੋਏ ਸਾਡੇ ਪੰਜਾਬ ਦੇ ਰੋਬਿਨ ਹੁੱਡ ਹਨ ਸਾਥੀਓ ਅਸੀਂ ਨਾਇਕ ਬਣ ਗਏ ਯੋਧੇ ਬਣ ਗਏ ਸਾਡੀ ਜੀਵਨ ਜਾਂਚ ਲੜਨਾ ਮਰਨਾ ਬਣ ਗਈ ਮਰਨਾ ਮਾਰਨਾ ਮਰਵਾਉਣਾ ਸਾਡੇ ਵਰਤਾਰੇ ਦਾ ਅੰਗ ਬਣ ਗਿਆ ਗੁਰੂ ਗੋਬਿੰਦ ਸਿੰਘ ਦਾ ਸਵਾ ਲਖ ਸੇਕ ਲੜਾਉਂ ਵਾਲਾ ਆਦਰਸ਼ ਫਲਸਫਾ ਤਾਂ ਅਸੀਂ ਯਾਦ ਕਰ ਲਿਆ ਜ਼ਫਰਨਾਮੇ ਦੀ ਇੱਕ ਵੀ ਪੰਕਤੀ ਸਾਨੂੰ ਯਾਦ ਨਹੀਂ ਭਗਤ ਸਿੰਘ ਦੇ ਹੱਥ ਚ ਪਿਸਤੌਲ ਵਾਲਾ ਬਿੰਬ ਸਾਨੂੰ ਬਧੇਰੇ ਚੰਗਾ ਲੱਗਦਾ ਉਹਦੇ ਹੱਥ ਚ ਕਿਤਾਬ ਤੇ ਚਿੰਤਨ ਵਾਲਾ ਬਿੰਬ ਅਸੀਂ ਵਿਸਾਰ ਦਿੱਤਾ ਕਿਸਾਨ ਭਰਾਓ ਸੋਚੋ ਹਾਕਮਾਂ ਨੂੰ ਸਾਡਾ ਇਹੀ ਵਰਤਾਰਾ ਆਰਾਸ ਹੁੰਦਾ ਹੈ ਲੜਨ ਮਰਨ ਵਾਲਾ ਅਸੀਂ ਗਰਵ ਨਾਲ ਚੌੜੀ ਛਾਤੀ ਕਰ ਲੈਣੇ ਆਂ ਜਦੋਂ ਨੇਤਾ ਲੋਕ ਇਹ ਕਹਿੰਦੇ ਆ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਭਰੇ ਆ ਪਰ ਅਸੀਂ ਇਹ ਭੁੱਲ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਇਸ ਖਾਤਰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ ਐ ਅੰਤਾਂ ਦੀਆਂ ਦਵਾਈਆਂ ਸਪਰੇਆਂ ਖਾਦਾ ਪਾਪਾ ਅਸੀਂ ਧਰਤੀ ਵੀ ਪਲੀਤ ਕਰ ਲਈ ਬੜਾ ਭਿਆਨਕ ਸਮਾਂ ਆ ਰਿਹਾ ਸਾਥੀਓ ਜੇ ਹੁਣ ਥਿੜਕ ਗਏ ਤਾਂ ਜ਼ਮੀਨਾਂ ਵੀ ਸਾਡੇ ਹੱਥੋਂ ਜਾਣੀਆਂ ਤੇ ਅਸੀਂ ਆਪਣੀਆਂ ਹੀ ਜ਼ਮੀਨਾਂ 'ਚ ਦਿਹਾੜੀਆਂ ਕਰਨ ਲਈ ਮਜਬੂਰ ਹੋਵਾਂਗੇ ਇੱਥੇ ਜੇ ਉਹ ਕਾਮਯਾਬ ਹੋ ਗਏ ਸੈਂਕੜੇ ਏਕੜਾਂ ਦੇ ਫਾਰਮ ਹਾਊਸ ਬਣਨਗੇ ਵਿੱਚ ਇੰਡਸਟਰੀ ਲੱਗੇਗੀ ਇੱਕ ਸਮਾਂ ਆਏਗਾ ਸਾਡੇ ਕੋਲ ਕੋਈ ਬਦਲ ਨਹੀਂ ਬਚੇਗਾ ਅਸੀਂ ਖੇਤੀ ਚ ਮੁਕੰਮਲ ਤੌਰ ਤੇ ਬਾਹਰ ਕਰ ਦਿੱਤੇ ਜਾਵਾਂਗੇ ਮੈਨੂੰ ਕਰਤਾਰ ਸਿੰਘ ਸਰਾਭਾ ਯਾਦ ਆ ਰਿਹਾ ਉਹਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਾਰਾ ਦਿੱਤਾ ਸੀ ਦੇਸ਼ ਨੂੰ ਚੱਲੋ ਪੰਜਾਬ ਚ ਜਏ ਹਾਲਾਤ ਬਣਾਤੇ ਗਏ ਹੋਰ ਹਰ ਪੰਜਾਬੀ ਚਾਹੁੰਦਾ ਵਿਦੇਸ਼ ਨੂੰ ਚੱਲੋ ਪੰਜਾਬ ਆਉਂਦੇ ਕੁਝ ਵਰਿਆਂ ਚ ਖਾਲੀ ਹੋਣ ਜਾ ਰਿਹਾ ਸਾਥੀਓ ਇੱਥੇ ਯੂਪੀ ਬਿਹਾਰ ਦੇ ਪੰਜ ਪੂਰਾ ਮਜ਼ਦੂਰਾਂ ਦੀ ਭਰਮਾਰ ਹੋਏਗੀ ਅਸੀਂ ਖੁਸ਼ ਹੁੰਨੇ ਆਂ ਗਰਵ ਨਾਲ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕੈਨੇਡਾ ਅਮਰੀਕਾ ਚ ਪੰਜਾਬੀ ਮੂਲ ਦੇ ਜਾਂ ਭਾਰਤੀ ਲੋਕ ਉਹਨਾਂ ਦੀਆਂ ਪਾਰਲੀਮੈਂਟਾਂ ਚ ਚੁਣੇ ਜਾਂਦੇ ਆ ਸਿਟੀ ਕੌਂਸਲਰ ਬਣਦੇ ਆ ਉਹ ਵਰਤਾਰਾ ਸਾਡੇ ਪੰਜਾਬ ਚ ਵਾਪਰਨ ਵਾਲਾ ਦੇਖਦੇ ਰਹਿਣਾ ਉਹਨੇ ਲੋਕ ਵੀ ਪੰਜਾਬ ਦੀ ਸੱਤਾ ਚ ਭਾਈਵਾਲ ਹੋਇਆ ਕਰਨਗੇ ਵੀਰ ਸਿੰਘ ਦੇ ਮੋਬਾਈਲ ਦੀ ਘੰਟੀ ਵੱਜੀ ਲਾਊਡ ਸਪੀਕਰ ਦਾ ਸ਼ੋਰ ਵਧੇਰੇ ਸੀ ਉੱਠ ਕੇ ਇਸ ਪੰਡਾਲ ਤੋਂ ਬਾਹਰ ਨਿਕਲ ਗਿਆ ਰੁਲੀਆ ਸਿੰਘ ਦਾ ਫੋਨ ਸੀ ਵੀਰ ਸਿੰਘ ਤੇਰਾ ਭਤੀਜਾ ਕੈਨੇਡਾ ਚ ਲੈਂਡ ਕਰ ਗਿਆ ਉਹ ਬੱਲੇ ਰੁਲੀਆ ਸਿੰਘ ਬਹੁਤ ਬਹੁਤ ਬਧਾਈਆਂ ਅਸੀਂ ਤਾਂ ਤੈਨੂੰ ਕੱਲ ਹੀ ਫੋਨ ਕਰਨ ਲੱਗੇ ਸੀ ਫਿਰ ਸੋਚਿਆ ਦਿੱਲੀੋਂ ਆਉਂਦੇ ਥੱਕੇ ਹੋਵੋਗੇ ਹੁਣ ਤਾਂ ਗ੍ਰੈਂਡ ਪਾਰਟੀ ਬਣਦੀ ਐ ਹੁਣੇ ਆਜੋ ਮੌਸਮ ਵੀ ਕਮਾਲ ਦਾ ਐ ਤੇ ਖੁਸ਼ੀ ਵੀ ਐ ਹੁਣ ਤਾਂ ਅਸੀਂ ਧਰਨੇ ਤੇ ਆਏ ਹੋਇਆ ਆ ਕੇ ਬਣਾਉਂਦੇ ਆਂ ਪ੍ਰੋਗਰਾਮ ਫੋਨ ਬੰਦ ਕਰਕੇ ਵੀਰ ਸਿੰਘ ਫੇਰ ਪੰਡਾਲ ਚ ਆ ਬੈਠਾ ਕਿਸਾਨ ਆਗੂ ਅਜੇ ਵੀ ਬੋਲ ਰਿਹਾ ਸੀ ਸਾਥੀਓ ਪੁਰਾਣਾ ਪੰਜਾਬ ਤਾਂ ਸਾਡੀਆਂ ਕਿਤਾਬਾਂ ਚ ਹੈ ਜਾਂ ਸਾਡੀਆਂ ਬਾਤਾਂ ਚ ਹੈ ਕਿੱਧਰ ਗਏ ਉਹਦੇ ਅੰਮ੍ਰਿਤ ਵਰਗੇ ਪਾਣੀ ਕਿੱਧਰ ਗਏ ਬੀਲੇ ਜੰਗਲ ਹੁਣ ਵਿਸਾਖੀ ਦੇ ਮੇਲੇ ਆ ਤੇ ਜੱਟ ਦਮਾਮੇ ਨਹੀਂ ਮਾਰਦਾ ਹੁਣ ਫਸਲ ਵੇਟ ਕੇ ਜੱਟ ਆੜ ਤੀਆਂ ਸਾਹੂਕਾਰਾਂ ਦੇ ਬੈਂਕਾਂ ਵਾਲਿਆਂ ਤੋਂ ਲੁਕਦਾ ਫਿਰਦਾ ਗੱਲਾਂ ਕੌੜੀਆਂ ਨੇ ਮੇਰੇ ਭਰਾਓ ਪਰ ਸੱਚੀਆਂ ਨੇ ਤੇ ਸੱਚ ਕੌੜਾ ਹੁੰਦਾ ਹੈ ਵੀਰ ਸਿੰਘ ਨੇ ਬੁਲਾਰੇ ਵੱਲੋਂ ਧਿਆਨ ਹਟਾ ਕੇ ਕ੍ਰਾਂਤੀਪਾਲ ਦੇ ਕੰਨ ਚ ਗਿਆ ਰੁਲੀਆ ਸਿੰਘ ਦਾ ਫੋਨ ਸੀ ਉਹਦਾ ਮੁੰਡਾ ਪਹੁੰਚ ਗਿਆ ਕੈਨੇਡਾ ਸ਼ਾਮ ਨੂੰ ਤਾਂ ਫਿਰ ਮਾਸਟਰ ਦੀ ਪੂਰੀ ਤੇ ਇਕੱਠ ਹੋਣਾ ਚਾਹੀਦਾ ਸਿਰਫ ਕੱਟ ਵੀਰ ਸਿੰਘ ਨੇ ਹੈਰਾਨੀ ਨਾਲ ਕਿਹਾ ਪਾਰਟੀ ਲਵਾਵਾਂਗੇ ਗ੍ਰੈਂਡ ਕੋਈ ਦੇਸੀ ਕੁੱਕੜ ਕੱਕੜ ਦੀ ਬਲੀ ਦਵਾਵਾਂਗੇ ਹੁਣ ਤਾਂ ਰੁਲੀਆ ਸਿੰਘ ਨੂੰ ਵੀ ਕੈਨੇਡਾ ਦੱਸਣ ਲੱਗ ਪਿਆ ਹੋਣਾ ਢਾਈ ਤਿੰਨ ਸਾਲਾਂ ਨੂੰ ਇਹਨਾਂ ਨੇ ਵੀ ਤੰਗ ਪੈੜਾਂ ਕੱਸ ਲੈਣਾ ਕ੍ਰਾਂਤੀਪਾਲ ਗੁੱਜਾ ਜਿਹਾ ਹੱਸਿਆ ਵੀਰ ਸਿੰਘ ਦੀ ਅਜੀਬ ਜਿਹੀ ਝਾਕਣੀ ਜਿਵੇਂ ਸਵਾਲ ਸੀ ਹੱਸਦਾ ਕਿਵੇਂ ਕ੍ਰਾਂਤੀਪਾਲ ਬੋਲੇ ਮਾਸਟਰ ਜੀ ਕੈਨੇਡਾ ਦਾ ਜਹਾਜ਼ ਚੜ੍ਹ ਜਾਣਾ ਕੈਨੇਡਾ ਚ ਲੈਂਡ ਕਰ ਜਾਣਾ ਇਹ ਤਾਂ ਮਹਿਜ਼ ਟ੍ਰੇਲਰ ਹੈ ਪਿਕਚਰ ਤਾਂ ਜੀ ਬਾਕੀ ਹੈ ਮਾਸਟਰ ਜੀ ਇਸ ਦੌਰਾਨ ਹੀ ਬੁਲਾਰੇ ਆਗੂ ਨੇ ਆਪਣੀ ਗੱਲ ਸਮਾਪਤ ਕਰ ਲਈ ਕਿਸਾਨ ਆਗੂ ਦੇ ਇਸ਼ਾਰੇ ਤੇ ਸਾਰਾ ਇਕੱਠ ਨਾਰੇ ਮਾਰਨ ਲੱਗ ਪਿਆ ਦਲੀਪ ਕੌਰ ਉੰਜ ਤਸਵੀਰ ਦੀ ਸਾਰੇ ਕੰਬੜੇ ਚਾਰ ਨਾਲ ਨਿਬੇੜ ਰਹੀ ਸੀ ਮੌਸਮ ਅੱਜ ਵੀ ਕੱਲ ਵਰਗਾ ਹੀ ਸੀ ਰੁਲੀਆ ਸਿੰਘ ਸਵੇਰ ਦਾ ਫੋਨ ਨਾਲ ਚਿਮੜਿਆ ਸੀ ਸਾਰੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਿਆ ਸੀ ਆਪਣਾ सनी ਕੈਨੇਡਾ ਪਹੁੰਚ ਗਿਆ ਇੰਨਾ ਹੀ ਆਖਦਾ ਤੇ ਅੱਗੋਂ ਵਧਾਈਆਂ ਦੇਣ ਦੀ ਲੜੀ ਤੁਰ ਪੈਂਦੀ ਦਲੀਪ ਕੌਰ ਇੱਧਰ ਉੱਧਰ ਫਿਰਦੀ ਉਹਨੂੰ ਵੇਖ ਰਹੀ ਸੀ ਆਖਰ ਉਹਨੇ ਮੱਥੇ ਉੱਪਰ ਠਾਹ ਕਰਕੇ ਹੱਥ ਮਾਰਿਆ ਮੈਂ ਤੁਹਾਨੂੰ ਲੱਡੂ ਲੈ ਕੇ ਆਉਣ ਲਈ ਕਿਹਾ ਸੀ ਮੈਡਮ ਜੀ ਉੱਪਰ ਵੱਲ ਵੇਖੋ ਮੀਂਹ ਚੜ੍ਹਿਆ ਹੁੰਦਾ ਹੈ ਜੀ ਰੁਲੀਆ ਸਿੰਘ ਨੇ ਸ਼ਰਾਰਤੀ ਲਹਿਜੇ ਨਾਲ ਕਿਹਾ ਦਲੀਪ ਕੌਰ ਨੂੰ ਐਵੇਂ ਲੱਗਿਆ ਐਡੀ ਛੇਤੀ ਨਹੀਂ ਹੜਾ ਹੁੰਦਾ ਤੁਸੀਂ ਜਾਓ ਹੁਣੇ ਦਲੀਪ ਕੌਰ ਨੇ ਹੁਕਮ ਦੇਣ ਵਾਂਗ ਕਿਹਾ ਜੋ ਹੁਕਮ ਸਰਕਾਰ ਦਾ ਆ ਕੇ ਰੁਲੀਆ ਸਿੰਘ ਉੱਠਿਆ ਕਮਰੇ ਅੰਦਰ ਸ਼ੀਸ਼ੇ ਸਾਹਮਣੇ ਜਾ ਕੇ ਉਹਨੇ ਸਿਰ ਉੱਪਰ ਪਗੜੀ ਸਜਾ ਲਈ ਜਿਸ ਵੇਲੇ ਦਲੀਪ ਕੌਰ ਸਟੀਲ ਦੀ ਦਰਮਿਆਨੀ ਜੀ ਪਰਾਤ ਵਿੱਚ ਲੱਡੂ ਪਾ ਕੇ ਉੱਪਰੋਂ ਤੌਲੀਏ ਨਾਲ ਟਾਕੇ ਆਪਣੀ ਗਲੀ ਦੇ ਘਰਾਂ 'ਚ ਵੰਡ ਰਹੀ ਸੀ ਅੱਧੇ ਘਰ ਜੇ ਬਾਕੀ ਸੀ ਉਸੇ ਵੇਲੇ ਅਚਾਨਕ ਮੀਂਹ ਇੰਉ ਲੈ ਪਿਆ ਜਿਵੇਂ ਬੱਦਲ ਪਾਟ ਗਿਆ ਹੋਵੇ ਨਾਲ ਹੀ ਤੇਜ਼ ਝੱਖੜ ਵਗ ਗਿਆ ਦਲੀਪ ਕਰਨ ਨੂੰ ਖਿਆਲ ਆਇਆ ਉਹ ਤੇਰੀ ਘਰ ਦੀਆਂ ਤਾਂ ਸਾਰੀਆਂ ਖਿੜਕੀਆਂ ਖੁੱਲੀਆਂ ਪਈਆਂ ਉਹ ਜਿੰਨੀ ਤੇਜ਼ੀ ਨਾਲ ਘਰ ਵੱਲ ਮੁੜ ਸਕਦੀ ਸੀ ਮੁੜੀ ਪ੍ਰਾਤ ਉੱਪਰ ਦਿੱਤਾ ਤੌਲੀਆ ਝੱਖੜ ਉਡਾ ਕੇ ਲੈ ਗਿਆ ਘਰ ਦੇ ਬੂਹੇ ਤੱਕ ਆਉਂਦੀ ਉਹ ਸਾਰੀ ਭਿੱਜ ਗਈ ਘਰ ਅੰਦਰ ਰੁਲੀਆ ਸਿੰਘ ਝੱਖੜ ਤੇ ਮੀਂਹ ਤੋਂ ਬਚਣ ਲਈ ਦਰਵਾਜ਼ੇ ਖਿੜਕੀਆਂ ਬੰਦ ਕਰਨ ਲੱਗਾ ਹੋਇਆ ਸੀ ਸ਼ਹਿਰ ਦੇ ਚੌਕ ਵੱਲੋਂ ਧਰਨੇ ਉੱਪਰ ਬੈਠੇ ਕਿਸਾਨਾਂ ਦੇ ਨਾਰੇ ਮੀਂਹ ਦੀ ਵਾਛੜ ਵਾਂਗ ਝੱਖੜ ਕਰਨ ਕੰਧ ਨਾਲ ਆ ਕੇ ਟਕਰਾਉਣ ਲੱਗੇ ਰੁਲੀਆ ਸਿੰਘ ਹੈਰਾਨ ਹੋਇਆ ਕਮਾਲ ਹੈ ਇਹੋ ਜਿਹੀ ਛਖੜਮੀਚ ਵੀ ਕਿਸਾਨ ਡਟੇ ਹੋਏ ਨੇ ਗਲੀ ਚ ਪੈਰ ਤਿਲਕਣ ਤੋਂ ਆਪਣੇ ਆਪ ਬਚਾਉਂਦੀ ਦਲੀਪਕੌਰ ਜਿਵੇਂ ਹੀ ਘਰਾਂ ਦੇ ਦਰਾਂ ਚ ਆਈ ਘਰ ਦੇ ਦਰਾਂ ਚ ਆਈ ਉਹਦੇ ਮੋਬਾਈਲ ਦੀ ਘੰਟੀ ਵੱਜੀ ਭਿੱਜਣ ਤੋਂ ਬਚਣ ਲਈ ਉਹ ਦਰਵਾਜ਼ੇ ਦੇ ਵੱਧ ਰਹੀ ਹੇਟਾਂ ਹੋ ਗਏ ਕੈਨੇਡਾ ਤੋਂ ਸਨੀ ਬੋਲਦਾ ਮੰਮੀ ਹਾਂ ਬੇਟਾ ਜੀ ਕੀ ਹਾਲ ਹੈ ਤੇਰਾ ਕਿਵੇਂ ਦਾ ਲੱਗਿਆ ਕੈਨੇਡਾ ਸੌ ਸਾਹ ਹੋਈ ਦਲੀਪਕੌਰ ਨੇ ਮੋਹ ਨਾਲ ਪੁੱਛਿਆ ਮੰਮੀ ਮਨਮੀਤ ਨਾ ਫੋਨ ਚੁੱਕਦੀ ਆ ਨਾ ਫੋਨ ਕਰਦੀ ਐ ਅੰਕਲ ਪਤਾ ਕਰਨ ਗਏ ਸੀ ਉਹਨੇ ਆਪਣਾ ਟਿਕਾਣਾ ਬਦਲ ਲਿਆ ਉਨੋ ਦੇ ਕਾਲਜ ਚੋਂ ਪਤਾ ਕਰਾਂਗੇ ਦਲੀਪਕੌਰ ਦੇ ਮੂੰਹ ਨਾ ਹਾਂ ਨਾ ਹੂੰ ਬੁੱਤ ਬਣੀ ਖੜੀ ਸੁਣਦੀ ਰਹੀ ਮੀਂਹ ਹੋਰ ਤੇਜ਼ ਹੋ ਗਿਆ ਝੱਖੜ ਨਾਲ ਆਏ ਛੜਾਕ ਨੇ ਉਹ ਸਾਰੀ ਦੀ ਸਾਰੀ ਗੜੋਚ ਕਰ ਦਿੱਤੀ ਅੰਦਰ ਵੱਲ ਭਜੀ ਤਿਲਕਵੇਂ ਫਰਸ਼ ਤੇ ਅਜਈ ਤਿਲਕੀ ਸਣੇ ਪ੍ਰਾਤ ਟੜਮ ਡਿਗੀ ਭਿਆਨਕ ਆਵਾਜ਼ ਕਰਦੀ ਪ੍ਰਾਤ ਦੂਰ ਰੇਢੀ ਗਈ ਖੜਕਾ ਤੇ ਚੀਕ ਦੀ ਆਵਾਜ਼ ਸੁਣ ਕੇ ਰੁਲੀਆ ਸਿੰਘ ਅੰਦਰ ਉੱਪ ਜਾ ਆ ਉਹ ਹੋ ਉਹਨੇ ਦਲੀਪਕੌਰ ਨੂੰ ਉਠਾਇਆ ਉਹਦੀ ਭਾਰੀ ਦੇਹ ਨੂੰ ਸੰਭਾਲਦਾਂਦੇ ਅੰਦਰ ਵੱਲ ਜਾਣ ਲੱਗਾ ਉਸੇ ਵੇਲੇ ਰੁਲੀਆ ਸਿੰਘ ਦੇ ਮੋਬਾਈਲ ਦੀ ਘੰਟੀ ਵੱਜ ਉੱਠੀ। ਉਹਨੇ ਸੋਚਿਆ ਵੀਰ ਸਿੰਘ ਦਾ ਫੋਨ ਹੋਣਾ ਹੈ ਗ੍ਰੈਂਡ ਪਾਰਟੀ ਬਾਰੇ ਪੁੱਛਣਾ ਹੋਣਾ ਹੈ। ਉਹਨੇ ਘੰਟੀ ਵੱਜੀ ਜਾਣਤੀ। ਗੁੰਮ ਸਮਝੀ ਹੋਈ ਦਲੀਪਕਰ ਨੂੰ ਅੰਦਰ ਲੈ ਜਾ ਬੈੱਡ ਤੇ ਲਟਾ ਦਿੱਤਾ। ਬਾਹਰ ਵਿਹੜੇ ਦੇ ਚਮਕੀਲੇ ਫਰਸ਼ ਤੇ ਲੱਡੂਆਂ ਵਾਲੀ ਪ੍ਰਾਤ ਪੂਰੀ ਮੁੱਢੀ ਪਈ ਸੀ। ਟੁੱਟੇ ਅੱਧ ਟੁੱਟੇ ਲੱਡੂ ਵਿਹੜੇ 'ਚ ਖਿਲਰੇ ਪਏ ਸੀ। ਮੌਸਮ ਪਹਿਲਾਂ ਨਾਲੋਂ ਵਿਕਰੋਪ ਹੋ ਗਿਆ ਸੀ ਪਰ ਝੱਖੜ ਦੇ ਬਾਵਜੂਦ ਕਿਸਾਨਾਂ ਦੇ ਨਾਰੇ ਇੱਥੋਂ ਤੱਕ ਸੁਣ ਰਹੇ ਸਨ। ਧੰਨਵਾਦ ਸਮਾਪਤ